वेलकम फ्रेंड्स ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਐਂਟੀਟੀ ਪ੍ਰੀਵੀਅਸ ਐਗਜ਼ਾਮ ਜੋ ਕਿ ਦਿੱਲੀ ਦਾ ਹੈ ਉਸ ਨੂੰ ਸੋਲਵ ਕਰਨ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ ਆਓ ਸ਼ੁਰੂ ਕਰਦੇ ਹਾਂ ਜੀ ਪੋਸਟ ਸਪੈਸੀਫਿਕ ਸਬਜੈਕਟ ਰਿਲੇਟਡ ਕੁਐਸਚਨ ਨੇ ਜੀ 101 ਨੰਬਰ ਤੋਂ ਸ਼ੁਰੂ ਹਨ ਆਪਣਾ 101 ਨੰਬਰ ਕੁਐਸਚਨ ਹੈ ਜੀ ਅਪ ਟੂ ਦੀ अर्ਲੀ ইয়ারਸ ਆਫ ਬੇਬੀহুਡ ਅ ਚਾਈਲਡ ਇਸ ਡਿਪੈਂਡੈਂਟ ਔਨ ਅਦਰਸ ਹਾਂਜੀ ਸ਼ਿਸ਼ੂ ਤਵ ਦੇ ਆਰੰਭਿਕ ਸਾਲਾਂ ਦੇ ਵਿੱਚ ਇੱਕ ਬੱਚਾ ਦੂਸਰਿਆਂ ਦੇ ਉੱਪਰ ਡੈਸ਼ ਨਿਰਭਰ ਹੁੰਦਾ ਹੈ ਆਪਾਂ ਨੇ ਦੱਸਣਾ ਹੈ ਜੀ ਕਿੰਨਾ ਕੁ ਨਿਰਭਰ ਹੁੰਦਾ ਹੈ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਕੰਪਲੀਟਲੀ ਯਾਨੀ ਕਿ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੁੰਦਾ ਹੈ ਜੀ ਸ਼ਿਸ਼ੂ ਤਵ ਦੇ ਸ਼ੁਰੂ ਦੇ ਸਾਲਾਂ ਦੇ ਵਿੱਚ ਇੱਕ ਬੱਚਾ ਦੂਸਰਿਆਂ ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੁੰਦਾ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ the social group which provides the strongest bonds of inter group relations for example with the family is known as ਹਾਂ ਜੀ ਅਜੀਹਾ ਸਮਾਜਿਕ ਸਮੂਹ ਜੋ ਅੰਤਰ ਸਮੂਹ ਸਬੰਧ ਜਿਵੇਂ ਕਿ ਪਰਿਵਾਰ ਦੇ ਨਾਲ ਸ਼ਕਤੀਸ਼ਾਲੀ ਸਬੰਧ ਬਣਾਉਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ A ਪ੍ਰਾਇਮਰੀ ਗਰੁੱਪ ਯਾਨੀ ਕਿ ਪ੍ਰਾਥਮਿਕ ਸਮੂਹ ਕਿਹਾ ਜਾਂਦਾ ਹੈ ਜੀ ਉਸ ਨੂੰ ਇਸ ਤਰ੍ਹਾਂ ਆਪਣੀ ਆਪਸ਼ਨ A ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਹੂ ਆਰ ਦਾ ਚਾਈਲਡਸ ਫਰਸਟ ਟੀਚਰਸ ਐਂਡ ਐਜੂਕੇਟਰਸ ਹਾਂਜੀ ਆਪਾਂ ਨੇ ਦੱਸਣਾ ਹੈ ਇਹਨਾਂ ਦੇ ਵਿੱਚੋਂ ਬੱਚੇ ਦੇ ਪਹਿਲੇ ਅਧਿਆਪਕ ਕੌਣ ਹਨ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਬੀ ਪੇਰੈਂਟਸ ਯਾਨੀ ਕਿ ਮਾਤਾ ਪਿਤਾ ਬੱਚੇ ਦੇ ਫਰਸਟ ਟੀਚਰ ਹਨ ਜੀ ਫਰਸਟ ਐਜੂਕੇਟਰ ਹਨ ਇਸ ਤਰ੍ਹਾਂ ਆਪਣੀ অপਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ which of these is a barrier that comes in the way of the partnership between home and school ਇਹਨਾਂ ਦੇ ਵਿੱਚੋਂ ਕਿਹੜਾ ਇੱਕ ਰੁਕਾਵਟ ਹੈ ਜੋ ਘਰ ਅਤੇ ਸਕੂਲ ਦੀ ਭਾਗੀਦਾਰੀ ਦੇ ਰਸਤੇ ਦੇ ਵਿੱਚ ਆਉਂਦਾ ਹੈ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপਸ਼ਨ ਸੀ ਪੋਵਰਟੀ ਐਂਡ ਲਿਟਰੇਸੀ ਆਫ ਚਾਈਲਡਸ ਫੈਮਿਲੀ ਯਾਨੀ ਕਿ ਬੱਚੇ ਦੇ ਪਰਿਵਾਰ ਦੀ ਜਿਹੜੀ ਗਰੀਬੀ ਹੈ ਅਨਪੜਤਾ ਹੈ ਉਹ ਇੱਕ ਅਜਿਹੀ ਰੁਕਾਵਟ ਹੈ ਜੋ ਘਰ ਅਤੇ ਸਕੂਲ ਦੀ ਭਾਗੀਦਾਰੀ ਦੇ ਰਸਤੇ ਦੇ ਵਿੱਚ ਆਉਂਦੀ ਹੈ ਇਸ ਤਰ੍ਹਾਂ ਆਪਣੀ অপਸ਼ਨ ਸੀ கரெક્ટ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਐਟ ਵਿਚ ਲੈਵਲ ਸ਼ੁੱਡ ਸਟੂਡੈਂਟਸ ਬੀ ਇੰਟਰੋਡਿਊਸਡ ਟੂ ਰੀਅਲ ਲਾਈਫ ਸਿਚੁਏਸ਼ਨਸ ਐਂਡ ਓਪਰਚ्युनिटीज ਫਾਰ ਕਮਿਊਨਿਟੀ ਬੇਸਡ এনवायरमेंटਲ ਐਕਸ਼ਨ ਹਾਂਜੀ ਕਿਸ ਕਿਸ ਸਤਰ ਦੇ ਉੱਪਰ ਜਿਹੜੇ ਬੱਚੇ ਨੇ ਉਹਨਾਂ ਨੂੰ ਵਾਸਤਵਿਕ ਜੀਵਨ ਦੀਆਂ ਜਿਹੜੀਆਂ ਸਥਿਤੀਆਂ ਨੇ ਮੌਕੇ ਨੇ ਉਹਨਾਂ ਦੇ ਲਈ ਸਮੁਦਾਇਕ ਆਧਾਰਿਤ ਵਾਤਾਵਰਣ ਗਤੀਵਿਧੀਆਂ ਦੇ ਨਾਲ ਜਾਣ ਪਛਾਣ ਕਰਾਇਆ ਜਾਣਾ ਚਾਹੀਦਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ A ਪ੍ਰੀ ਪ੍ਰਾਇਮਰੀ ਲੈਵਲ ਪ੍ਰੀ ਪ੍ਰਾਇਮਰੀ ਸਤਰ ਦੇ ਉੱਪਰ ਬੱਚਿਆਂ ਨੂੰ ਵਾਸਤਵਿਕ ਜੀਵਨ ਦੀਆਂ ਸਥਿਤੀਆਂ ਅਤੇ ਅ fırsਰਾਂ ਦੇ ਲਈ ਸਮੁਦਾਇਕ ਆਧਾਰਿਤ ਵਾਤਾਵਰਣ ਗਤੀਵਿਧੀਆਂ ਦੇ ਨਾਲ ਜਾਣ ਪਛਾਣ ਕਰਾਈ ਜਾਣੀ ਚਾਹੀਦੀ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ A ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ अर्ली पार्टिसिपेशन ऑफ चिल्ड्रन इन सिंपल प्रोजेक्ट्स रिलेटेड टू डिफरेंट एनवायरमेंटल इश्यूज एंड प्रॉब्लम्स हैज टू बी एम्फसाइज़्ड एट व्हिच लेवल हां जी ਵੱਖ-ਵੱਖ ਵਾਤਾਵਰਣ ਸਮੱਸਿਆਵਾਂ ਅਤੇ ਮੁੱਦਿਆਂ ਦੇ ਨਾਲ ਸੰਬੰਧਿਤ ਸੁਧਾਰਨ ਪ੍ਰੀਯੋਜਨਾਵਾਂ ਦੇ ਵਿੱਚ ਬੱਚੇ ਦੇ ਆਰੰਭਿਕ ਬੱਚੇ ਦੀ ਜਿਹੜੀ ਆਰੰਭਿਕ ਭਾਗੀਦਾਰੀ ਦੇ ਕਿਸ ਸਤਰ ਦੇ ਉੱਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਪ੍ਰੀ ਪ੍ਰਾਇਮਰੀ ਸਤਰ ਦੇ ਉੱਪਰ ਪ੍ਰੀ ਪ੍ਰਾਇਮਰੀ ਦੇ ਲੈਵਲ ਦੇ ਉੱਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜੀ ਵਿਭਿੰਨ ਵਾਤਾਵਰਣ ਸਮੱਸਿਆਵਾਂ ਅਤੇ ਮੁੱਦਿਆਂ ਦੇ ਨਾਲ ਸੰਬੰਧੀ ਸੰਬੰਧਿਤ ਸੁਧਾਰਨ ਪ੍ਰਯੋਜਨਾਵਾਂ ਦੇ ਵਿੱਚ ਬੱਚੇ ਦੇ ਆਰੰਭਿਕ ਭਾਗੀਦਾਰੀ ਦੇ ਪ੍ਰੀ ਪ੍ਰਾਇਮਰੀ ਸਤਰ ਦੇ ਉੱਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਇਨੀਸ਼ੀਏਸ਼ਨ ਆਫ ਸੋਸ਼ਲ ਇੰਟਰੈਕਸ਼ਨ ਵਿਦ ਅਨਦਰ ਚਾਈਲਡ ਹੈਪਨਸ ਐਟ ਵਿਚ ਇਸ ਹਾਂਜੀ ਜਿਹੜੀ ਬੱਚੇ ਦੀ ਜਿਹੜੀ ਸੋਸ਼ਲ ਇੰਟਰੈਕਸ਼ਨ ਆ ਬੱਚੇ ਦੇ ਨਾਲ ਸੋਸ਼ਲ ਇੰਟਰੈਕਸ਼ਨ ਆ ਜਿਹੜੀ ਉਸ ਦੀ ਸ਼ੁਰੂਆਤ ਕਿਸ ਉਮਰ ਦੇ ਵਿੱਚ ਹੁੰਦੀ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਏ 2 ਤੋਂ 3 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ ਜੀ ਸਮਾਜਿਕ ਅਨੁਕ੍ਰਿਆ ਦੀ ਸ਼ੁਰੂਆਤ ਬੱਚੇ ਦੇ ਨਾਲ 2 ਤੋਂ 3 ਸਾਲ ਦੀ ਏਜ ਦੇ ਵਿੱਚ ਸ਼ੁਰੂ ਹੁੰਦੀ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ ਏ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਐਟ ਡੈਸ਼ ਇਜ਼ ਡਸ ਦਾ ਚਾਈਲਡ ਬਰਸ਼ ਹਰ অর ਹਿਸ ਟੀਥ ਅਨ ਅਸਿਸਟਡ ਹਾਂਜੀ ਕਿਸ ਉਮਰ ਦੇ ਵਿੱਚ ਜਿਹੜਾ ਇੱਕ ਬੱਚਾ ਹੈ ਉਹ ਆਪਣੇ ਦੰਦਾਂ ਨੂੰ ਬਿਨਾਂ ਕਿਸੇ ਦੀ ਸਹਾਇਤਾ ਤੋਂ ਸਾਫ਼ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ 4 ਤੋਂ 5 ਸਾਲ ਦੀ ਉਮਰ ਦੇ ਵਿੱਚ ਇੱਕ ਜਿਹੜਾ ਬੱਚਾ ਹੈ ਉਹ ਆਪਣੇ ਦੰਦਾਂ ਨੂੰ ਬਿਨਾਂ ਕਿਸੇ ਦੀ ਸਹਾਇਤਾ ਤੋਂ ਸਾਫ਼ ਕਰਨ ਲੱਗਦਾ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਸਟੇਟਮੈਂਟਸ ਇਨ ਜੀਓਮੈਟਰੀ ਦੈਟ ਆਰ ਅਸਿਊਮਡ অর ਐਕਸੈਪਟਡ ਐਸ ਟਰੂ ਵਿਦਆਊਟ ਐਨੀ ਲੌਜੀਕਲ ਰੀਜ਼ਨਿੰਗ ਆਰ ਟਰਮਡ ਐਸ ਹਾਂਜੀ ਅਜਹੀਆਂ ਸਟੇਟਮੈਂਟਸ ਅਜਿਹੇ ਕਥਨ ਜੀਓਮੈਟਰੀ ਦੇ ਵਿੱਚ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਜੀ ਸਵੀਕਾਰ ਕਰ ਲਿਆ ਜਾਂਦਾ ਹੈ ਸੱਚ ਮੰਨਿਆ ਜਾਂਦਾ ਹੈ ਬਿਨਾ ਕਿਸੇ ਲੌਜੀਕਲ ਰੀਜ਼ਨਿੰਗ ਤੋਂ ਯਾਨੀ ਕਿ ਤਰਕ ਤੋਂ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੀ ਤਾਂ ਆਪਣਾ ਸਹੀ ਆਨਸਰ ਹੈ ਜੀ অপਸ਼ਨ ਬੀ ਪੋਸਟੂਲੇਟਸ ਯਾਨੀ ਕਿ ਅਭਿਧਾਰਨਾਵਾਂ ਕਿਹਾ ਜਾਂਦਾ ਹੈ ਜੀ ਅਜਿਹੀ ਕਥਨਾਂ ਨੂੰ ਜੀਓਮੈਟਰੀ ਦੇ ਵਿੱਚ ਜਿਨ੍ਹਾਂ ਨੂੰ ਬਿਨਾਂ ਕਿਸੇ ਤਰਕ ਦੇ ਆਧਾਰ ਤੇ ਸੱਚ ਮੰਨ ਲਿਆ ਜਾਂਦਾ ਹੈ ਇਸ ਤਰ੍ਹਾਂ ਆਪਣੀ অপਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਟੂ ਫਿਗਰਸ ਆਫ ਦਾ ਸੇਮ ਸ਼ੇਪ ਐਂਡ ਸੇਮ ਸਾਈਜ਼ ਆਰ ਕਾਲਡ ਡੈਸ਼ ਫਿਗਰਸ ਹਾਂਜੀ ਸੇਮ ਸ਼ੇਪ ਅਤੇ ਸੇਮ ਸਾਈਜ਼ ਦੀਆਂ ਜਿਹੜੀਆਂ ਆਕ੍ਰਿਤੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਕੰਗੂਰੈਂਟ ਯਾਨੀ ਕਿ ਸਮਰੂਪ ਕਿਹਾ ਜਾਂਦਾ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਇਨ ਮੈਚਿਊਰੇਸ਼ਨ ਵੀ ਡੀਲ ਵਿਦ ਦਾ ਮੈਜ਼ਰਮੈਂਟਸ ਆਫ ਵਿਚ ਆਫ ਦਾ ਫੋਲੋਇੰਗ ਹਾਂਜੀ ਖੇਤਰ ਮਿਤੀ ਦੇ ਵਿੱਚ ਅਸੀਂ ਹੇਟਲਿਕਾਂ ਦੇ ਵਿੱਚੋਂ ਕਿਸਦਾ ਮਾਪ ਕਰਦੇ ਹਾਂ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ 올 ਆਫ द ਅਬਵ ਯਾਨੀ ਕਿ ਉਪਰੋਕਤ ਸਾਰੇ ਕਰੈਕਟ ਨੇ ਜੀ ਪੈਰੀਮੀਟਰਸ ਯਾਨੀ ਕਿ ਪਰਿਮਾਪ ਏਰੀਆਜ਼ ਖੇਤਰਫਲ ਵੋਲਿਊਮਸ ਯਾਨੀ ਕਿ ਆਇਤਨ ਇਹਨਾਂ ਸਾਰਿਆਂ ਦਾ ਹੀ ਮਾਪ ਕੀਤਾ ਜਾਂਦਾ ਹੈ ਜੀ ਖੇਤਰ ਮਿਤੀ ਦੇ ਵਿੱਚ ਮੈਚuretion ਦੇ ਵਿੱਚ ਇਸ ਤਰ੍ਹਾਂ ਆਪਣੀ অপਸ਼ਨ ਡੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਲਿਟਰੇਸੀ ਇਜ਼ ਦਾ ਅਬਿਲਟੀ ਟੂ ਡੈਸ਼ ਵਿਦ ਕੰਪਰੀਹੈਂਸ਼ਨ ਹਾਂਜੀ ਜਿਹੜੀ ਸਾਖਰਤਾ ਹੈ ਉਹ ਕਿਸ ਨੂੰ ਸਮਝਣ ਦੀ ਯੋਗਤਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਡੀ ਬੋਥ ਏ ਐਂਡ ਬੀ ਆਪਸ਼ਨਸ ਕਰੈਕਟ ਨੇ ਜੀ ਲਿਖਣ ਪੜ੍ਹਨ ਅਤੇ ਲਿਖਣ ਨੂੰ ਸਮਝਣ ਦੀ ਯੋਗਤਾ ਹੈ ਜੀ ਜਿਹੜੀ ਸਾਖਰਤਾ ਹੈ ਲਿਟਰੇਸੀ ਹੈ ਇਸ ਤਰ੍ਹਾਂ ਆਪਣੀ অপਸ਼ਨ ਡੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਡੈਸ਼ ਆਰ ਆ ਪ੍ਰਾਇਮਰੀ ਸੋਰਸ ਆਫ એનર્ਜੀ ਬਟ ਡੂ ਨੋਟ ਕੰਟ੍ਰਿਬਿਊਟ ਸਿਗਨੀਫੀਕੈਂਟਲੀ ਟੂ ਦਾ ਬਾਡੀ ਇਨ ਐਨੀ ਅਦਰ ਵੇ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਮੁੰਡਲਾ ਸੋਮਾ ਹੈ ਜੀ ਊਰਜਾ ਦਾ ਜੋ ਕਿ ਬਹੁਤ ਜ਼ਿਆਦਾ ਯਾਨੀ ਕਿ ਮਹੱਤਵਪੂਰਨ ਤਰੀਕੇ ਨਾਲ ਯੋਗਦਾਨ ਨਹੀਂ ਦਿੰਦਾ ਯਾਨੀ ਕਿ એનર્ਜੀ ਦਾ ਮੁੱਖ ਸੋਮਾ ਹੈ ਜੀ ਇਹਨਾਂ ਦੇ ਵਿੱਚੋਂ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ 슈ਗਰ ਹੈ ਜਿਹੜਾ 슈ਗਰਸ ਅ ਸ਼ੱਕਰ ਹੈ ਜਿਹੜੀ ਉਹ ਊਰਜਾ ਦਾ ਇੱਕ ਪ੍ਰਾਇਮਿਕ ਸਰੋਤ ਹੈ ਪਰ ਸਰੀਰ ਦੇ ਕਿਸੇ ਹੋਰ ਪ੍ਰਕਾਰ ਦੇ ਮਹੱਤਵਪੂਰਨ ਸਰੀਰ ਦੇ ਵਿੱਚ ਯੋਗਦਾਨ ਨਹੀਂ ਦਿੰਦਾ ਹੈ ਜੀ ਕਿਸੇ ਹੋਰ ਪ੍ਰਕਾਰ ਦਾ ਮਹੱਤਵਪੂਰਨ ਯੋਗਦਾਨ ਨਹੀਂ ਦਿੰਦਾ ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਅ ਸ਼ਾਰਟੇਜ ਆਫ ਆਇਰਨ ਕੈਨ ਕਾਜ਼ ਹਾਂਜੀ ਜਿਹੜੀ ਲੋਹੇ ਦੀ ਕਮੀ ਹੈ ਉਹ ਕਿਸ ਦਾ ਕਾਰਨ ਬਣਦੀ ਹੈ ਉਸ ਦੀ ਘਾਟ ਦੇ ਨਾਲ ਇਹਨਾਂ ਦੇ ਵਿੱਚੋਂ ਕੀ ਵਾਪਰਦਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਰਿਟਾਰਡਡ ਗ੍ਰੋਥ ਯਾਨੀ ਕਿ ਜਿਹੜੀ ਮੰਦੀ ਤੇ ਜਿਹੜੀ ਵਿ੍ਰਿਧੀ ਹੈ ਉਹ ਹੁੰਦੀ ਹੈ ਜੀ ਮੰਦੀਤ ਵਾਧਾ ਜਿਹੜਾ ਉਹ ਹੁੰਦਾ ਹੈ ਜੇਕਰ ਆਇਰਨ ਦੀ ਕਮੀ ਹੋ ਜਾਂਦੀ ਹੈ ਬੱਚੇ ਦੇ ਵਿੱਚ ਇਸ ਤਰ੍ਹਾਂ ਆਪਣੀ অপਸ਼ਨ ਸੀ கரெક્ટ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਇਟ ਇਜ਼ ਰეკਮੈਂਡਡ ਥੈਟ ਡੇਲੀ ਅਮਾਉਂਟ ਆਫ ਐਡਡ 슈ਗਰ ਸ਼ੁੱਡ ਨਾਟ ਐਕਸੀਡ ਡੈਸ਼ ਆਫ ਦਾ ਟੋਟਲ ਕੈਲਰੀ ਇਨਟੇਕ ਹਾਂ ਜੀ ਡੇਲੀ ਜਿਹੜੀ ਇਨਟੇਕ ਹੈ 슈ਗਰ ਦੀ ਉਹ ਕਿੰਨੇ ਪ੍ਰਕਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਟੋਟਲ ਕੈਲਰੀ ਦੇ ਤਾਂ ਆਪਣਾ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ B 10% ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਜਿਹੜੀ ਡੇਲੀ ਅ ਅਮਾਉਂਟ ਹੈ ਡੇਲੀ ਮਾਤਰਾ ਹੈ 슈ਗਰ ਦੀ ਉਹ ਟੋਟਲ ਕੈਲਰੀ ਦੇ ਇਨਟੇਕ ਦੇ 10% ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਇਸ ਤਰ੍ਹਾਂ ਆਪਣੀ অপਸ਼ਨ B ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ BMI BMI ਇਸ ਕੈਲਕੂਲੇਟਡ ਬਾਈ ਹਾਂ ਜੀ ਜਿਹੜੀ BMI ਹੈ ਉਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ BMI ਦੀ ਫੁੱਲ ਫਾਰਮ ਹੈ ਜੀ ਬੋਡੀ ਮਾਸ ਇੰਡੈਕਸ ਇਸ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਜੀ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপਸ਼ਨ A ਵੇਟ ਵਟੇ ਹਾਈਟ ਯਾਨੀ ਕਿ ਭਾਰ ਵਟੇ ਲੰਬਾਈ ਇਹ ਜਿਹੜਾ ਫਾਰਮੂਲਾ ਯੂਜ਼ ਕਰਕੇ BMI ਦੀ ਜਿਹੜੀ ਕੈਲਕੂਲੇਸ਼ਨ ਉਹ ਕੀਤੀ ਜਾਂਦੀ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ A ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਫੈਕਟਰਸ ਟੂ ਬੀ ਕਨਸੀਡਰਡ ਵਾਈਲ ਸਿਲੈਕਟਿੰਗ ਪਲੇ ਇਕਵਿਪਮੈਂਟ ਫਾਰ ਪ੍ਰੀ ਸਕੂਲ ਚਿਲड्रन ਹਾਂਜੀ ਕਿਹੜੇ ਜਿਹੜੇ ਫੈਕਟਰ ਨੇ ਕਿਹੜੇ ਕਾਰਕ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਪ੍ਰੀ ਸਕੂਲ ਦੇ ਬੱਚਿਆਂ ਦੇ ਲਈ ਜਿਹੜੇ ਖਿਡੌਣੇ ਦੀ ਸਮੱਗਰੀ ਹੈ ਉਸ ਦੀ ਚੋਣ ਕਰਨੀ ਹੋਵੇ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਡੀ 올 ਆਫ ਦੀ ਅਬਵ ਸਾਰੀਆਂ ਆਪਸ਼ਨਸ ਕਰੈਕਟ ਨੇ ਆਪਾਂ ਨੂੰ ਬੱਚਿਆਂ ਦੀ ਜਿਹੜੀ ਉਮਰ ਹੈ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਵੇਗਾ ਉਮਰ ਸੱਤਰ ਨੂੰ ਸ਼ੁੱਡ ਬੀ ਆਫ ਇਨਡੀਗਨियस ਮਟੀਰੀਅਲ ਯਾਨੀ ਕਿ ਧਿਆਨ ਦੇ ਵਿੱਚ ਰੱਖਣਾ ਹੋਵੇਗਾ ਕਿ ਉਹ ਆਪਣੇ ਦੇਸ਼ ਦੇ ਵਿੱਚ ਬਣੀ ਬਣੀ ਹੋਈ ਸਮੱਗਰੀ ਹੋਵੇ ਇਸ ਤੋਂ ਇਲਾਵਾ ਸ਼ੁੱਡ ਪ੍ਰਮੋਟ ਰਿਸੋਰਸਫੁਲਨੈਸ ਹਾਂਜੀ ਜਿਹੜੀ ਸਰੋਤ ਪੱਕਤਾ ਹੈ ਜਾਨੀ ਕਿ ਜਿਹੜੀ ਸਰੋਤ ਪੂਰਨਤਾ ਹੈ ਉਸ ਨੂੰ ਵੀ ਉਤਸ਼ਾਹਿਤ ਕਰਦੇ ਹੋਣ ਉਹ ਜਿਹੜੀ ਖੇਡ ਸਮੱਗਰੀ ਹੈ ਇਸ ਤਰ੍ਹਾਂ ਇਸ ਕੁਸ਼ਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਔਰ ਚਾਈਲਡਸ ਗ੍ਰੋਥ ਐਂਡ ਡਿਵੈਲਪਮੈਂਟ ਡਿਪੈਂਡਸ ਔਨ ਹਾਂਜੀ ਇੱਕ ਬੱਚੇ ਦੀ ਜਿਹੜੀ ਵਾਧਾ ਹੈ ਵਿਕਾਸ ਹੈ ਉਹ ਨਿਰਪਰ ਹੁੰਦਾ ਹੈ ਇਹਨਾਂ ਦੇ ਵਿੱਚੋਂ ਕਿਸਤੇ ਨਿਰਪਰ ਹੁੰਦਾ ਹੈ ਜੀ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਹੈਰਡਿਟੀ ਐਂਡ এনवायरमेंट ਯਾਨੀ ਕਿ ਅਨੁਵੰਸ਼ਿਕਤਾ ਅਤੇ ਵਾਤਾਵਰਣ ਤੇ ਨਿਰਪਰ ਹੁੰਦਾ ਹੈ ਜੀ ਇੱਕ ਬੱਚੇ ਦਾ ਵਾਧਾ ਤੇ ਵਿਕਾਸ ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਹੋਮ ਸਕੂਲ ਰਿਲੇਸ਼ਨਸ਼ਿਪ ਸ਼ੁੱਡ ਬੀ ਵੈਰੀ ক্লোਜ਼ ਐਟ ਵਿਚ ਸਟੇਜ ਆਫ ਐਜੂਕੇਸ਼ਨ ਹਾਂਜੀ ਕਿਸ ਸਿੱਖਿਆ ਦੇ ਕਿਸ ਸਟੇਜ ਦੇ ਉੱਪਰ ਕਿਸ ਪੜਾਅ ਦੇ ਉੱਪਰ ਜਿਹੜੀ ਘਰ ਅਤੇ ਸਕੂਲ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਸਬੰਧ ਹੈ ਉਹ ਬਹੁਤ ਨੇੜੇ ਦਾ ਹੋਣਾ ਚਾਹੀਦਾ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਏ ਪ੍ਰੀ ਸਕੂਲ 70 ਦੇ ਉੱਪਰ ਪ੍ਰੀ ਸਕੂਲ ਲੈਵਲ ਦੇ ਉੱਪਰ ਜਿਹੜਾ ਚੇਦੇ ਘਰ ਦੇ ਅਤੇ ਸਕੂਲ ਦਾ ਜਿਹੜਾ ਸਬੰਧ ਹੈ ਉਹ ਨੇੜੇ ਦਾ ਹੋਣਾ ਚਾਹੀਦਾ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ ਏ கரெક્ટ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਇਨਵੋਲੰਟਰੀ ਪਾਸਿੰਗ ਆਫ ਯੂਰਿਨ ਯੂਸਲੀ ਮੋਰ ਥੈਨ 3 ইয়ারਸ ਇਜ਼ ਆਲਸੋ ਕਾਲਡ ਹਾਂਜੀ ਆਮ ਤੌਰ ਤੇ 3 ਸਾਲ ਦੀ ਉਮਰ ਤੋਂ ਵੱਧ ਅਣਿਸ਼ਕ ਰੂਪ ਦੇ ਨਾਲ ਪਿਸ਼ਾਬ ਕਰਨ ਦੇਣ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਜੀ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ B ਉਸ ਨੂੰ ਨਿਊਰੋਸਿਸ ਕਿਹਾ ਜਾਂਦਾ ਹੈ ਜੀ ਇਸ ਸਮੱਸਿਆ ਨੂੰ ਇਸ ਤਰ੍ਹਾਂ ਆਪਣੀ অপਸ਼ਨ B கரੈਕਟ ਹੈ ਜੀ ਫਰੈਂਡਸ ਇਸ ਦੇ ਨਾਲ ਹੀ ਆਪਣੀ ਇਹ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਜਿਹੜੇ ਕੁਐਸਚਨਸ ਨੇ ਇਸ ਪੇਪਰ ਦੇ ਨਾਲ ਸਬੰਧਿਤ ਉਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਲੈ ਕੇ حاضر ਹੋਵਾਂਗੇ ਜੀ ਥੈਂਕ ਯੂ ਫਾਰ ਵਾਚਿੰਗ